Hey guys, welcome back to our channel Vivek Netty. ਕੀ ਹਾਲ ਚਾਲ ਸਾਰੇ, hope you are doing well. ਆ ਗਾਣੇ ਦੀ ਬਹੁਤ ਰਿਕੁਐਸਟ ਆਈ ਆ ਯਾਰ, ਇਸ਼ੂ ਬਾਈ ਰੀਅਲ ਬੌਸ ਤੇ ਅੱਜ ਦੀ ਨਹੀਂ ਯਾਰ, ਕਾਫੀ ਚਿਰ ਪਹਿਲਾਂ ਦੀ ਰਿਕੁਐਸਟ ਆਈ ਹੋਈ ਆ ਤੇ ਕਾਫੀ ਜਣਿਆਂ ਨੇ ਕਿਹਾ ਗਾਣਾ ਚੈੱਕ ਕਰੋ, ਗਾਣਾ ਚੈੱਕ ਕਰੋ ਤੇ ਰੀਅਲ ਬੌਸ ਦੇ ਸਾਰੇ ਰਿਐਕਸ਼ਨ ਆਉਂਗੇ ਯਾਰ. ਸਰਵ ਕਰੋ ਥੋੜਾ ਜਿਹਾ ਬਸ, ਠੀਕ ਆ. ਕੁਐਸਚਨਸ ਗਾਣਾ ਆਇਆ ਪਿਆ ਉਹਦੀ ਵੀ ਬਹੁਤ ਜ਼ਿਆਦਾ ਮਤਲਬ ਰਿਕੁਐਸਟ ਆ ਰਹੀ ਹੈ ਕਿ ਭਾਜੀ ਚੈੱਕ ਕਰੋ ਜਲਦੀ ਤੋਂ ਜਲਦੀ, ਗਾਣਾ ਚੈੱਕ ਕਰਾਂਗੇ ਜਲਦੀ. ਤੇ ਹੁਣ ਆਪਾਂ ਸੁਣਨ ਜਾ ਰਹੇ ਇਸ਼ੂ ਬਾਈ ਰੀਅਲ ਬੌਸ, ਮੁੱਦਾ ਤੇਰੇ ਇਸ਼ਕ ਦਾ, ਠੀਕ ਆ. ਪ੍ਰੋਡਿਊਸਰ ਆਪਣਾ ਹੈਗਾ, ਠੀਕ ਆ, ਬਿੱਕੇ ਐਸਐਮ ਜੀ. ਚੈੱਕ ਕਰਦੇ ਗਾਣੇ ਨੂੰ ਬਿਨਾਂ ਕੋਈ ਬਕਵਾਸ ਕੀਤੇ. ਇੰਸਟਾਗ੍ਰਾਮ ਤੇ ਫੋਲੋ ਕਰ ਲਓ ਯਾਰ ਜਾ ਕੇ, ਠੀਕ ਆ. ਉੱਧਰ ਆਪਾਂ ਅਪਡੇਟਡ ਰਹੀਦਾ ਆ ਤੇ ਬਸ, ਹੋਰ ਕੁਛ ਨਹੀਂ. ਜਾ ਕੇ ਫੋਲੋ ਕਰ ਲਓ, ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਠੀਕ ਆ. ਬਸ ਹੋਰ ਕੁਛ ਨਹੀਂ, ਚੱਲਦੇ ਸਟਾਰਟ ਕਰਦੇ ਆ ਇਸ਼ੂ ਬਾਈ ਰੀਅਲ ਬੌਸ. ਵਾਈਬ ਕਰਦੇ ਆ, ਆ ਜਾਓ ਵੀ ਠਗ ਨੇਸ਼ਨ ਸਟੂਡੀਓਸ. ਮਿਊਜ਼ਿਕ ਬਾਈ ਬਿੱਕੇ ਐਸਐਮ ਜੀ. ਇੱਕ ਮਿੰਟ, ਠੀਕ ਆ ਯਾਰ, ਆ ਜਾਓ ਆ ਜਾਓ. When I think of you, my heart remembers. Music ਜਿਹੜਾ ਸਕੂਨ ਨਹੀਂ ਦਿੰਦਾ ਹੁੰਦਾ ਯਾਰ, ਕੀ ਕਹਿੰਦੇ ਆਪਾਂ 90s ਦੇ ਗਾਣੇ ਸੁਣੇ ਆ, ਏਦਾਂ ਦੀ ਚੀਜ਼ ਮਿਲਦੀ ਸੀਗੀ, ਠੀਕ ਆ. ਜਦੋਂ ਕਾਫੀ ਟਾਈਮ ਪਹਿਲਾਂ ਦੀ ਗੱਲ ਆ ਤੇ ਓਦਾਂ ਦੇ ਗਾਣੇ ਬਣਦੇ ਸੀਗੇ, ਠੀਕ ਆ. ਤੇ ਅੱਜ ਵੀ ਮੈਂ ਸੁਣਦਾ ਆ 90s ਦੇ ਗਾਣੇ, ਠੀਕ ਆ. ਸਾਰੇ ਸੁਣਦੇ ਹੋਗੇ, ਤੁਹਾਡੇ ਵਿੱਚੋਂ ਕਿੰਨੇ ਜਣੇ ਸੁਣਦੇ ਹੋਗੇ. ਤੇ ਓਦਾਂ ਦੀ ਕੁਛ ਵਾਈਬ ਕ੍ਰੀਏਟ ਕੀਤੀ ਪਈ ਆ, ਧਿਆਨ ਨਾਲ ਸੁਣਿਓ ਜਰਾ. ਫੋਰਨ ਵਿੱਚ ਇੱਦਾਂ ਦੇ ਗਾਣੇ ਚੱਲਦੇ ਸੀਗੇ, ਠੀਕ ਆ. ਰੀਮਿਕਸ ਟਾਈਪ ਕੀਤਾ ਗਿਆ. ਯੋ ਵੋ ਮੁੱਦਾ ਤੇਰੇ ਇਸ਼ਕ ਦਾ, ਚੱਲੇ ਤੁਸੀਂ ਪੱਲੇ ਉਦਾਂ ਕੱਲੇ, ਗੱਲ ਸਰੀ ਬੈਠੀ ਹੋਈ ਕਿਸੇ ਨਾਰ ਦੀਆਂ ਬਾਤ ਸਿੱਧੀ ਦਿਲ ਨੂੰ ਹੀ ਪਾਵੇ ਮੌਤ ਠਾਰੇ ਬੇਰ ਟੌਪ ਦੇ ਅੱਖਾਂ ਨਾਲ ਥੱਲੇ ਤਾਰ ਦੀਆਂ ਮੁੱਦਾ ਮੁੱਦਾ. ਆਈ ਲਾਈਕ ਦਾ ਫਲੋ ਮੈਨ, ਆਈ ਲਾਈਕ ਦਾ ਫਲੋ. ਕੀ ਬਾਤ ਹੈ ਯਾਰ, ਫਲੋ ਕਿੰਨਾ ਉਹ ਪਿਆਰੇ ਤਰੀਕੇ ਨਾਲ ਕਰ ਰਿਹਾ ਨਾ ਯਾਰ. ਮੁੱਦਾ ਤੇਰੇ ਇਸ਼ਕ ਦਾ, ਚੱਲੇ ਤੁਸੀਂ, ਕਿੰਨੇ ਪਿਆਰੇ ਤਰੀਕੇ ਨਾਲ ਫਲੋ ਕੀਤਾ ਯਾਰ. ਆਈ ਲਵਡ ਇਟ ਮੈਨ, ਧਿਆਨ ਨਾਲ. ਮੁੱਦਾ ਤੇਰੇ ਇਸ਼ਕ ਦਾ, ਚੱਲੇ ਤੁਸੀਂ ਪੱਲੇ ਉਦਾਂ ਕੱਲੇ, ਗੱਲ ਸਰੀ ਬੈਠੀ ਹੋਈ ਕਿਸੇ ਨਾਰ ਦੀਆਂ ਬਾਤ ਸਿੱਧੀ ਦਿਲ ਨੂੰ ਹੀ ਪਾਵੇ ਮੌਤ ਠਾਰੇ ਬੇਰ ਟੌਪ ਦੇ ਅੱਖਾਂ ਨਾਲ ਥੱਲੇ ਤਾਰ ਦੀਆਂ ਮੁੱਦਾ ਮੁੱਦਾ ਤੇਰੇ ਇਸ਼ਕ ਦਾ, ਚੱਲੇ ਤੁਸੀਂ ਪੱਲੇ ਉਦਾਂ ਕੱਲੇ, ਗੱਲ ਸਰੀ ਬੈਠੀ ਹੋਈ ਕਿਸੇ. ਮੁੱਦਾ ਤੇਰੇ ਇਸ਼ਕ ਦਾ, ਚੱਲੇ ਤੁਸੀਂ ਪੱਲੇ ਉਦਾਂ ਕੱਲੇ, ਗੱਲ ਸਰੀ ਬੈਠੀ ਹੋਈ ਕਿਸੇ ਨਾਰ ਦੀਆਂ ਬਾਤ ਸਿੱਧੀ ਦਿਲ ਨੂੰ ਹੀ ਪਾਵੇ ਮੌਤ ਠਾਰੇ ਬੇਰ ਟੌਪ ਦੇ ਅੱਖਾਂ ਨਾਲ ਥੱਲੇ ਤਾਰ ਦੀਆਂ ਮੁੱਦਾ ਮੁੱਦਾ ਤੇਰੇ ਇਸ਼ਕ ਦਾ, ਚੱਲੇ ਤੁਸੀਂ ਪੱਲੇ ਉਦਾਂ ਕੱਲੇ, ਗੱਲ ਸਰੀ ਬੈਠੀ ਹੋਈ ਕਿਸੇ ਨਾਰ ਦੀ. ਮੇਰੇ ਦਿਲ ਨਾ ਬਜ਼ਾਰ ਤਾਂ ਸ਼ਰਾਰਤੀ ਦਿਮਾਗੋ ਹਨੀ. ਰੀਅਲ ਬੌਸ ਇੱਦਾਂ ਦਾ ਆਰਟਿਸਟ ਆ, ਇਹ ਆਪਣੀ ਕੀ ਕਹਿੰਦੇ ਆ ਕੰਪੋਜੀਸ਼ਨ ਨਾਲ ਬਹੁਤ ਹੀ ਜ਼ਿਆਦਾ ਐਕਸਪੈਰੀਮੈਂਟ ਕਰਨ ਵਾਲਾ ਬੰਦਾ ਹੈ, ਠੀਕ ਆ. ਅਤੇ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ ਦੇਣ ਦੀ ਪੂਰੀ ਕੋਸ਼ਿਸ਼ ਕਰਦਾ, ਠੀਕ ਆ. ਅਤੇ ਮਿਲਦੀ ਵੀ ਆ ਯਾਰ ਵਧੀਆ ਚੀਜ਼, ਠੀਕ ਆ. ਤੁਸੀਂ ਸਾਰੇ ਗਾਣੇ ਸੁਣ ਲਓ ਯਾਰ, ਇੰਨੇ ਵਧੀਆ ਤਰ੍ਹਾਂ ਲਿਖੇ ਹੋਏ ਬੰਦੇ ਨੇ. ਅਤੇ ਮਿਊਜ਼ਿਕ ਉੱਤੋਂ ਮਿਊਜ਼ਿਕ ਯਾਰ, ਕਿਆ ਬਾਤ ਆ ਮਿਊਜ਼ਿਕ ਦੀਆਂ, ਕਿਆ. ਬਿੱਕੇ ਐਸਐਮ ਜੀ ਨੇ ਚਾਰ ਚੰਨ ਲਾਤੀ ਮਿਊਜ਼ਿਕ ਨੂੰ, ਠੀਕ ਆ. ਅਤੇ ਇੰਨਾ ਵਾਈਬ ਵੀ ਬਣਾ ਦਿੱਤਾ ਇਸ ਗਾਣੇ ਨੂੰ, ਕਿਆ ਬਾਤ ਹੈ ਯਾਰ. ਸਵਾਦ ਆ ਰਿਹਾ ਸੋਨੇ ਦਾ, ਪੂਰਾ ਪੂਰਾ ਇੱਕ ਕੀ ਕਹਿੰਦੇ ਆ ਵਾਈਬ ਕਰਨ ਵਾਲੀ ਚੀਜ਼ ਆ, ਠੀਕ ਆ. ਹੁਣ ਨਹੀਂ ਰੋਕਦਾ ਮੂਨ ਤੇ ਤੇਰੇ ਨਾਲ ਸਾਰਾ ਗਾ ਦੂੰਗਾ ਸ਼ਿਕਾਗੋ, ਮੇਰੇ ਨਾਲ ਸਾਥ ਤੇਰਾ ਚੌਥਾ ਫੇਰਾ ਵੀ ਤੇਰੇ ਨਾਲ ਲਗਾ ਡੱਬ ਨਾਲ ਕੂਰੇ ਨਾ ਕੋਈ ਵੇਰ ਦਾ ਮੇਰੇ ਨਾਲ ਦਿਨੋਂ ਦਿਨ ਨਵਾਂ ਰੈਪ ਚ ਮੈਂ ਸੀਨ ਲੈ ਕੇ ਆਵਾਂ, ਭਿੱਜੀ ਅਸ਼ਕੇ ਦੀ ਚਾਦਰ ਤੇਰੇ ਵੇੜੇ ਸਕਾਵਾਂ, ਚਾਕਲੇਟੀ ਰੰਗੀਏ ਨੀ ਤੰਗੀ ਦੇਣੀ ਨੀ ਕੋਈ ਤੈਨੂੰ ਖਿਜੇ, ਕਿਹੜੀਆਂ ਗੱਲਾਂ ਤੋਂ ਪਤਾ ਚੰਗੀ ਤਰ੍ਹਾਂ ਮੈਨੂੰ ਗੱਲ ਕਰ, ਡਰ ਨਾ ਮੌਤ ਰਹਿੰਦੀ ਆ ਮੇਰੇ ਨੇੜੇ, ਹਰ ਤਰ੍ਹਾਂ ਦੀ ਯਾਰੀ ਲਈ ਅਸੂਲ ਵੱਖਰੇ ਆ, ਤੇਰੇ ਬੌਸ ਲਾਗੇ ਨਾ ਲੱਗਦੀ ਦੁੱਕੀ ਤਿੱਕੀ, ਡੱਬੀ ਚਾਂਦੀ ਦੀ ਪੈਂਦੀ ਆ ਸੁੱਖੇ ਮਾਲ ਮੂਰੇ ਫਿੱਕੀ, ਜਾਣ ਜਾਣ ਕੇ ਛੇੜੇ ਜੱਟ ਲਈ ਆਫਤਾਂ ਕਹਾਵਤਾਂ ਮੈਂ ਛਾਪਾਂ, ਕਲਮ ਨਾ ਤੇਰੇ ਪਿਆਰ ਦੀਆਂ ਤੇਰੇ ਜੀ ਨੀ ਕੋਈ, ਗੇੜੇ ਤਾਇਆਂ ਵਾਧੂ ਮਾਰਦੀਆਂ ਕੋਈ ਬਣਿਆ ਨੀ ਜਾਲ, ਜੀ ਦੇ ਨਾ ਤੈਨੂੰ ਫਸਾਲਵਾਂ ਮੈਂ ਮੌਕ ਤੇ ਨੀ ਜੱਬ ਕਿੱਥੋਂ ਗਾਲਵਾਂ ਮੈਂ. ਬਾਬਾ ਖਤਮ ਹੋ ਗਿਆ ਯਾਰ, ਭਾਜੀ ਆ ਕੀ ਕੀਤਾ ਯਾਰ, ਇੰਨੀ ਛੇਤੀ ਖਤਮ ਥੋੜੀ ਹੋਣਾ ਚਾਹੀਦਾ ਸੀ ਗਾਣਾ. ਮੈਂ ਮੁੱਕਦੇ ਨਹੀਂ ਜੱਬ, ਕਿਆ ਬਾਤ ਹੈ ਯਾਰ, ਕੀ ਗੱਲ ਕਰਾਂ ਇਸ ਗਾਣੇ ਬਾਰੇ. ਹੁਣ ਮੈਂ ਬੰਦੇ ਨੇ ਕੀ ਕਹਿੰਦੇ ਚੁੱਪ ਰਹਿਣ ਤੇ ਮਜਬੂਰ ਕਰਤਾ, ਕਿਆ ਚੀਜ਼ ਬਣਾਈ ਹੈ ਯਾਰ, ਕਿਆ ਚੀਜ਼ ਹੈ. ਲਵ ਡੇਟ ਮੈਂ ਸੱਚੀ, ਜਦੋਂ ਫਲੋ ਸਟਾਰਟ ਹੋਇਆ ਨਾ ਯਾਰ, ਉਹਦੀ ਦਿਲ ਜਿੱਤ ਲਿਆ ਸੀਗਾ ਬੰਦੇ ਨੇ. ਤੇ ਜਦੋਂ ਸਟਾਰਟਿੰਗ ਵਿੱਚ ਵਾਈਬ ਆਈ ਨਾ, ਉਹ ਕਿਆ ਬਾਤ ਸੀ ਯਾਰ, ਅਲੱਗ ਹੀ ਲੈਵਲ ਦੀ ਵਾਈਬ ਸੀਗੀ. ਤੇ
ਪੁਰਾਣੇ ਗਾਣੇ ਚੇਤੇ ਆਉਂਦੇ, ਠੀਕ ਹੈ, ਫੋਰਨ ਵਿੱਚ ਇੱਦਾਂ ਦੇ ਗਾਣੇ ਚੱਲਦੇ ਸੀਗੇ, ਇੱਦਾਂ ਦੀ ਵਾਈਬ ਕ੍ਰੀਏਟ ਹੁੰਦੀ ਸੀਗੀ, ਤੇ ਧਿਆਨ ਨਾਲ ਸੁਣੋ ਜ਼ਰਾ ਜਦੋਂ ਆ ਜਿਹੜੇ ਗਾਣੇ ਦਾ ਮਤਲਬ ਯੂਜ ਕੀਤਾ ਪਿਆ ਇਹਦੇ ਵਿੱਚ, ਠੀਕ ਹੈ, ਉਹ ਵੀ ਮੈਂ ਸੁਣੂੰਗਾ ਯਾਰ ਬਾਅਦ ਵਿੱਚ, ਗਾਣਾ ਕਾਫੀ ਵਾਈਬ ਹੀ ਲੱਗ ਰਿਹਾ, ਤੇ ਫੋਰਨ ਵਿੱਚ ਇੱਦਾਂ ਦੇ ਗਾਣੇ ਚੱਲਦੇ ਸੀਗੇ ਤੇ ਉੱਦਾਂ ਦੀ ਵਾਈਬ ਕ੍ਰੀਏਟ ਕੀਤੀ ਵੀ ਰੀਮਿਕਸ ਟਾਈਪ ਇੱਕ ਬਣਾਇਆ ਪਿਆ, ਤੇ ਕਾਫੀ ਸੋਹਣੇ ਲਿਰਿਕਸ ਲਿਖੇ, ਕਾਫੀ ਪਿਆਰੇ ਲਿਰਿਕਸ ਲਿਖੇ, ਕੁੜੀ ਵਾਸਤੇ ਲਿਖੇ, ਤੇ ਜਿਹੜੀ ਕੁੜੀ ਵਾਸਤੇ ਮਤਲਬ ਜਿਹੜੀ ਕੁੜੀ ਆਪਣੇ ਉੱਤੇ ਲੈ ਜਾਊਗੀ ਨਾ, ਉਹ ਕੀ ਕਹਿੰਦੇ ਫੈਨ ਹੋ ਜਾਊਗੀ ਬੌਸ ਦੀ, ਠੀਕ ਆ, ਕਿ ਬੰਦੇ ਨੇ ਇੰਨਾ ਕੀ ਸੋਚ ਕੇ ਕਿਹਦੇ ਬਾਰੇ ਸੋਚ ਕੇ ਲਿਖਿਆ ਹੋਇਆ ਨਾ, ਇੰਨਾ ਮਤਲਬ ਕੁੜੀ ਸੋਚਾਂ ਵਿੱਚ ਪੈ ਜਾਊਗੀ ਯਾਰ, ਉੱਦਾਂ ਦਾ ਗਾਣਾ ਲਿਖਿਆ ਪਿਆ ਕੁੜੀ ਵਾਸਤੇ, ਤੇ ਕੁੜੀ ਇੰਪ੍ਰੈਸ ਹੋ ਜਾਊਗੀ ਇਨ ਸ਼ੋਰਟ, ਠੀਕ ਆ, ਬਹੁਤ ਵਧੀਆ ਚੀਜ਼ ਲਿਖੀ ਪਈ ਆ ਤੇ ਸਵਾਦ ਆਇਆ ਸੋਨੇ ਦਾ, ਇੱਕ ਵਾਈਬ ਵੀ ਸੀਗਾ ਕਿ ਪੂਰੀ ਹੈਡਫੋਨ ਲਾ ਕੇ ਬਸ ਅੱਖਾਂ ਬੰਦ ਕਰ ਲਓ ਤੇ ਬਸ ਧਿਆਨ ਨਾਲ ਸੁਣੋ, ਠੀਕ ਆ, ਉਹ ਚੀਜ਼ ਆ ਇਹ, ਸਵਾਦ ਆਇਆ ਸੱਚੀ ਸੋਨੇ ਦਾ, ਤੇ ਜਾ ਕੇ ਗਾਣੇ ਨੂੰ ਪਿਆਰ ਦਿਓ, ਗਾਣਾ ਪੁਰਾਣਾ ਹੋ ਗਿਆ ਯਾਰ, ਪਿਆਰ ਤਾਂ ਮਿਲ ਹੀ ਰਿਹਾ, ਠੀਕ ਆ, ਗਾਣਾ ਤਾਂ ਹੀ ਇੰਨੀ ਰਿਕੁਐਸਟ ਆਈ ਪਈ ਆ ਗਾਣੇ ਦੀ, ਬਸ ਬਹੁਤ ਘੈਂਟ ਗਾਣਾ ਸੀਗਾ, ਮੈਂ ਹੁਣ ਰਿਪੀਟ ਤੇ ਲਾਉਣ ਵਾਲਾ ਇੱਦਾਂ ਦਾ ਗਾਣਾ, ਠੀਕ ਹੈ, ਮੈਂ ਰਿਪੀਟ ਤੇ ਸੁਣੂੰਗਾ, ਜਾ ਕੇ ਗਾਣੇ ਨੂੰ ਪਿਆਰ ਦਿਓ, ਤੇ ਰਿਐਕਸ਼ਨ ਕਿੱਦਾਂ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ, ਇੰਸਟਾਗ੍ਰਾਮ ਤੇ ਫੋਲੋ ਕਰ ਲਓ, ਸਨੈਪਚੈਟ ਤੇ ਵੀ ਐਡ ਕਰ ਲਓ, ਠੀਕ ਹੈ, ਉੱਧਰ ਵੀ ਆਪਾਂ ਬਹੁਤ ਅਪਡੇਟ ਰਹੀਦਾ, ਤੇ ਬਸ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ, ਮਿਲਦੇ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਬਾਏ ਬਾਏ, ਟੇਕ ਕੇਅਰ ਐਂਡ ਥੈਂਕ ਯੂ ਫੋਰ ਵਾਚਿੰਗ।